ਪ੍ਰੋਫੈਸਰ ਹਰਿੰਦਰ ਸਿੰਘ ਇੰਟਰਨੈਸ਼ਨਲ ਲੈਵਲ ਦੇ ਸਾਈਕਲਿਸਟ ਹੈਗੇ ਤੇ ਇਹ ਆਪਣੇ ਕੁਛ ਠੀਕ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ। ਆਨਰੇਬਲ ਡੀ ਆਰ ਭੱਟੀ ਸਾਹਿਬ, ਐਕਸ ਡੀ ਜੀ ਪੀ ਪੰਜਾਬ, ਐਸ ਪੀ ਕਟੜਾ ਸਾਹਿਬ, ਸਬਰਦੀਪ ਸਿੰਘ ਜੀ, ਗੈਲ ਸਾਹਿਬ, ਹੋਰ ਸਾਰੇ ਇੱਥੇ ਜਿੰਨੇ ਵੀ ਸੀਨੀਅਰ ਸਿਟੀਜ਼ਨ ਬੈਠੇ ਹੋ, ਮੈਂ ਤੁਹਾਡੇ ਨਾਲ ਆਪਣੇ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ। ਮੁਹੱਬਤ ਸੇ ਪੱਕੇ ਇਰਾਦੋਂ ਸੇ ਬਣ ਜਾਤੀ ਹੈ ਰਾਹੇਂ, ਹਰ ਕਾਮ ਕੋ ਯੂਹੀ ਤਕਦੀਰ ਪੇ ਟਾਲਾ ਨਹੀਂ ਜਾਂਦਾ। ਅਸੀਂ ਕਈ ਵਾਰੀ ਆਪਣੀ ਬੋਡੀ ਬਾਰੇ ਕੇਅਰਲੈਸ ਹੋ ਜਾਂਦੇ ਹਾਂ, ਔਰ ਜਦੋਂ ਕੇਅਰਲੈਸ ਹੁੰਦੇ ਹਾਂ ਉਹਦੇ ਰਿਜ਼ਲਟ ਬੜੇ ਮਾੜੇ ਨਿਕਲਦੇ ਨੇ। ਡਾਕਟਰ ਸਾਹਿਬ ਨੇ ਜਿੰਨਾ ਤੁਹਾਨੂੰ ਐਕਸਪਲੇਨ ਕੀਤਾ ਉਹ ਮੈਡੀਕਲ ਲੈਂਗੁਏਜ 'ਚ ਸੀ, ਮੈਂ ਤੁਹਾਨੂੰ ਸਿੰਪਲ ਦੇਸੀ ਲੈਂਗੁਏਜ 'ਚ ਇਹ ਚੀਜ਼ਾਂ ਐਕਸਪਲੇਨ ਕਰਨੀਆਂ ਚਾਹੁੰਦਾ। ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਡਾਕਟਰ ਸਾਹਿਬ ਬਾਰੇ ਕਹਿਣੀ ਚਾਹਾਂਗਾ ਕਿ ਡਾਕਟਰ ਸਾਹਿਬ ਇੱਕ ਦਰਵੇਸ਼ ਇਨਸਾਨ ਨੇ, ਬਿਲਕੁਲ ਝੂਠ ਨਹੀਂ ਬੋਲਦੇ, ਬਿਲਕੁਲ ਕਿਸੇ ਨੂੰ ਕਮਿਸ਼ਨ ਨਹੀਂ ਦਿੰਦੇ। ਦੂਸਰੀ ਗੱਲ ਮੈਂ ਜਿਹੜੀ ਕਹਿਣਾ ਚਾਹਾਂਗਾ ਕਿ ਇਸ ਸੀ ਬੀ ਆਰ ਮੈਡੀਕਲ ਸੈਂਟਰ ਨੂੰ 4 ਵਾਰੀ ਇੰਡੀਆ ਦਾ ਬੈਸਟ ਨੋਨ ਸਰਜੀਕਲ ਦੇ ਵਿੱਚ ਹੋਸਪਿਟਲ ਡਿਕਲੇਅਰ ਹੋ ਚੁੱਕਾ। ਫੋਰ ਟਾਈਮ ਡਾਕਟਰ ਸਾਹਿਬ ਨਹੀਂ ਕਹਿ ਸਕੇ ਜਦ ਅੱਛੇ ਵਕਤਾ ਨਹੀਂ ਹੋਣਗੇ, ਡਾਕਟਰ ਤਾਂ ਅੱਛੇ ਨੇ ਪਰ ਡਾਕਟਰ ਅੱਛਾ ਹੋਣਾ, ਵਕਤਾ ਹੋਣਾ ਅੱਛਾ ਜ਼ਰੂਰੀ ਨਹੀਂ ਹੁੰਦਾ। ਸੋ 4 ਵਾਰੀ ਇਸ ਹੋਸਪਿਟਲ ਨੂੰ ਬੈਸਟ ਹੋਸਪਿਟਲ ਇਨ ਦਾ ਕੰਟਰੀ ਡਿਕਲੇਅਰ ਹੋ ਚੁੱਕਾ ਨੋਨ ਸਰਜੀਕਲ ਦੇ ਵਿੱਚ, ਕਿਉਂਕਿ ਇਸ ਹੋਸਪਿਟਲ ਦੇ ਵਿੱਚ ਚਾਕੂ ਬਿਲਕੁਲ ਯੂਜ਼ ਨਹੀਂ ਹੁੰਦਾ, ਕਿਸੇ ਵੀ ਥਾਂ ਚਾਕੂ ਨੂੰ ਲੈ ਲੈਂਦਾ। ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਏ ਸੀ ਟੀ ਦੀ, ਆਰਟਰੀ ਕਲੀਅਰੈਂਸ ਥੈਰੇਪੀ, ਇਹ ਜਿਹੜੀ ਥੈਰੇਪੀ ਹੈ ਇਹਦਾ ਕੀ ਹੈਗਾ, ਇਹਨੂੰ ਸਟਾਰ ਥੈਰੇਪੀ ਵੀ ਕਿਹਾ ਜਾਂਦਾ। ਮੈਂ ਇਹਦੇ ਬਾਰੇ ਬੁੱਕ ਪੜ੍ਹੀ ਜਿਹੜੀ ਕਿ 8,000 ਦੀ ਬੁੱਕ ਸੀ, ਮੈਂ ਉਹਨੂੰ ਬੁੱਕ ਨੂੰ ਬੜੇ ਧਿਆਨ ਨਾਲ ਪੜ੍ਹਿਆ। ਔਰ ਸਭ ਤੋਂ ਜ਼ਰੂਰੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਕਿ ਮੇਰੀ ਬਾਈਪਾਸ ਸਰਜਰੀ ਹੋ ਗਈ ਸੀ 2009 'ਚ, ਔਰ ਉਸ ਤੋਂ ਬਾਅਦ ਮੈਨੂੰ ਪ੍ਰੋਬਲਮ ਆਈ। ਜਦੋਂ ਪ੍ਰੋਬਲਮ ਆਈ ਤਾਂ ਫਿਰ ਹੋਰ ਤਾਂ ਕੋਈ ਇਲਾਜ ਨਹੀਂ ਸੀਗਾ, ਸੀ ਬੀ ਐਸ ਸਾਹਿਬ ਦਾ ਪਤਾ ਫੜਿਆ, ਔਰ ਉਸ ਤੋਂ ਬਾਅਦ ਆਈ ਐਮ ਵੈਰੀ ਹੈਲਦੀ, ਔਰ ਮੈਂ ਹੁਣ ਸਵੇਰੇ ਹਾਫ 5 ਕਿਲੋਮੀਟਰ ਸੈਰ ਵੀ ਕਰਦਾ, ਵੇਟ ਟ੍ਰੇਨਿੰਗ ਵੀ ਕਰਦਾ, 70 ਦੇ ਹੋ ਗਏ ਹਾਂ, ਔਰ ਆਈ ਐਮ ਡਿਟਰਮਿੰਡ ਆਈ ਵਿਲ ਡਾਈ ਯੰਗ ਐਜ਼ ਲੇਟ ਐਜ਼ ਪੋਸੀਬਲ, ਮਰਾਂਗੇ ਤਾਂ ਜਵਾਨ ਮਰਾਂਗੇ, ਕਿਉਂਕਿ ਸੀ ਬੀ ਐਸ ਸਾਹਿਬ ਮੇਰੀ ਪਿੱਠ ਪਿੱਛੇ ਹੈ। ਅਗਲੀ ਗੱਲ ਜਿਹੜੀ ਮੈਂ ਗੱਲ ਕਰ ਰਿਹਾ ਏ ਸੀ ਟੀ ਦੀ, ਆਰਟਰੀ ਕਲੀਅਰੈਂਸ ਥੈਰੇਪੀ ਜਿਹੜੀ ਹੈ ਇਹਨੂੰ ਸਟਾਰ ਥੈਰੇਪੀ ਵੀ ਕਿਹਾ ਜਾਂਦਾ ਹੈਗਾ। ਹੁਣ ਤੁਸੀਂ ਪੁੱਛੋਗੇ ਕਿ ਵਾਈ ਇਸ ਸਟਾਰ ਥੈਰੇਪੀ, ਸਟਾਰ ਥੈਰੇਪੀ ਇਸ ਕਰਕੇ ਕਹਿੰਦੇ ਆ ਕਿ ਏ ਸੀ ਟੀ ਦੇ ਜਿਹੜੇ ਡਾਕਟਰਸ ਨੇ ਇਹਨੂੰ ਕਲੈਸ਼ਨ ਥੈਰੇਪੀ ਵੀ ਕਹਿੰਦੇ ਆ, ਇਹਨੂੰ ਸਟਾਰ ਥੈਰੇਪੀ ਵੀ ਕਹਿੰਦੇ ਆ, ਇਹਨੂੰ ਬਾਈਪਾਸ ਦਾ ਅਲਟਰਨੇਟਿਵ ਹੈਗਾ, ਔਰ ਸਟਾਰ ਥੈਰੇਪੀ ਇਸ ਕਰਕੇ ਇਹਨੂੰ ਕਿਹਾ ਜਾਂਦਾ ਕਿਉਂਕਿ ਇਹਦੇ ਜਿੰਨੇ ਡਾਕਟਰ ਨੇ ਦੁਨੀਆਂ ਦੇ ਸਭ ਤੋਂ ਬਹੁਤੇ ਡਾਕਟਰ ਇਹਦੇ ਹਾਲੀਵੁੱਡ 'ਚ ਨੇ, ਔਰ ਜਿੰਨੇ ਹਾਲੀਵੁੱਡ ਸਟਾਰ ਨੇ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੋਵੇ, ਕਿਸੇ ਨੂੰ ਭਾਵੇਂ ਨਾ ਹੋਵੇ, ਭਾਵੇਂ ਉਹ 100% ਹੈਲਦੀ ਹੋਵੇ, ਲੇਕਿਨ ਉਹ ਕੈਲੇਸ਼ਨ ਥੈਰੇਪੀ ਕਰਾਉਂਦੇ ਆ, ਏ ਸੀ ਟੀ ਕਰਾਉਂਦੇ ਆ। ਆਰਟਰੀ ਕਲੀਅਰੈਂਸ ਥੈਰੇਪੀ ਇਹਨੂੰ ਕੈਲੇਸ਼ਨ ਥੈਰੇਪੀ ਵੀ ਕਹਿੰਦੇ ਆ, ਇਹਨੂੰ ਏ ਸੀ ਟੀ ਵੀ ਕਹਿੰਦੇ ਆ, ਇਹਨੂੰ ਸਟਾਰ ਥੈਰੇਪੀ ਵੀ ਕਹਿ ਦਿੰਦੇ ਆ, ਅਤੇ ਉਹ ਸਾਰੇ ਕਰਾਉਂਦੇ ਆ। ਕਿਉਂ ਕਰਾਉਂਦੇ ਆ ਇਹ ਤੁਸੀਂ ਵੀ ਜਾਣਦੇ ਹੋ ਕਿ ਜਿਹੜਾ ਉੱਥੇ ਤਾਂ ਫਿਰ ਬੰਦੇ ਦੀ ਹੈਲਥ ਚੱਲਦੀ ਹੈ, ਫਿਲਮ ਇੰਡਸਟਰੀ ਹੈ, ਬੋਡੀ ਨੇ ਪੈਸੇ ਕਮਾ ਕੇ ਦੇਣੇ ਆ, ਜੇ ਤੁਹਾਡੀ ਸ਼ਕਲ ਸੂਰਤ ਠੀਕ ਹੈ ਤੇ ਤੁਹਾਨੂੰ ਪੈਸੇ ਬੋਡੀ ਕਮਾਊਗੀ, ਤੇ ਜੇ ਜੇ ਤੁਹਾਡਾ ਹੀਰੋ ਜਿਹੜਾ ਸਟਾਰ ਹੈ ਫਿਲਮ ਸਟਾਰ ਦਾ ਜਿਹੜਾ ਹੈਗਾ, ਜੇ ਉਹਦੀ ਹੈਲਥ ਠੀਕ ਨਹੀਂ, ਉਹਦੀ ਸ਼ਕਲ ਠੀਕ ਨਹੀਂ, ਤੁਹਾਨੂੰ ਕੋਈ ਨਹੀਂ ਪੁੱਛਦਾ, ਜੀਰੋ ਹੋ ਜਾਂਦਾ। ਸੋ ਇਸ ਕਰਕੇ ਜਿੰਨੇ ਵੀ ਹਾਲੀਵੁੱਡ ਦੇ ਸਟਾਰ ਨੇ ਉਹ ਸਾਰੇ ਏ ਸੀ ਟੀ ਕਰਾਉਂਦੇ, ਔਰ ਇਹਦੇ ਕਰਾਉਣ ਨਾਲ ਬੰਦਾ 8-10 ਸਾਲ ਯੰਗ ਹੋ ਜਾਂਦਾ। ਔਰ ਦੂਸਰੀ ਗੱਲ ਜਿਹੜੀ ਡਾਕਟਰ ਸਾਹਿਬ ਨੇ ਨਹੀਂ ਕਹੀ ਉਹ ਮੈਂ ਤੁਹਾਨੂੰ ਕਹਾਂਗਾ ਕਿ ਜਿਹੜੀ ਏ ਸੀ ਟੀ ਹੈ ਇਹਦੇ ਕਰਵਾਉਣ ਦੇ ਨਾਲ ਕੀ ਹੁੰਦਾ ਹੈਗਾ, ਜਿਵੇਂ ਅਸੀਂ ਵੀ ਆਰ ਵੈਰੀ ਅਸੀਂ ਬਹੁਤ ਫਜ਼ੂਲ ਲੋਕ ਹਾਂ, ਇੱਕ ਕਾਰ ਲੈਂਦੇ ਹਾਂ 10-20-30 ਲੱਖ ਦੀ, ਉਹਦਾ ਸਾਰਾ ਉਹਦਾ ਅਸੀਂ ਉਹਦੀਆਂ ਸਾਰੀਆਂ ਦੇਖਦੇ ਹਾਂ, ਉਹਦੀਆਂ ਕੰਡੀਸ਼ਨ ਦੇਖਦੇ ਹਾਂ, ਫਿਰ ਅਸੀਂ ਦੇਖਦੇ ਹਾਂ ਵੀ ਸਰਵਿਸ ਕਿੰਨੇ ਦੇਰ ਬਾਅਦ ਕਰਾਉਣੀ ਹੈ, ਅਸੀਂ ਕਦੀ ਨਹੀਂ ਭੁੱਲਦੇ ਕਿਉਂਕਿ ਅਸੀਂ ਕਾਰਾਂ ਨੂੰ ਆਪਣੇ ਸਰੀਰ ਨਾਲੋਂ ਕਾਰਾਂ ਨੂੰ ਬਹੁਤਾ ਪਿਆਰ ਕਰਦੇ ਹਾਂ, ਪਰ ਅਸਲ ਤਾਂ ਹਿਊਮਨ ਬੋਡੀ ਗਿਫਟ ਆਫ ਗੋਡ, ਇਹਨੂੰ ਕੇਅਰ ਕਰਨਾ ਸਾਡੀ ਸਭ ਤੋਂ ਪਹਿਲੀ ਡਿਊਟੀ ਹੈ, ਬਟ ਵੀ ਨੈਵਰ ਬੋਦਰ ਅਬਾਊਟ ਇਟ। ਔਰ ਜਿਹੜੀ ਕਾਰ ਦੀ ਅਸੀਂ ਸਰਵਿਸ ਕਰਵਾ ਲਈ, ਕਾਰ ਦੀ ਸਰਵਿਸ ਕਰਵਾ ਕੇ ਅਸੀਂ ਕਹਿੰਦੇ ਵੀ ਹਾਂ ਜੀ ਸਾਡੀ ਗੱਡੀ ਹੁਣ 6 ਮਹੀਨੇ ਲੋਡ ਦੀ ਸਰਵਿਸ ਦੀ,
ਤੇ ਸਾਡੀ ਜਿਹੜੀ ਇਹ ਗੱਡੀ ਹੈ 70 ਸਾਲ ਦੀ ਹੋ ਗਈ, ਇਹਦੀ ਵੀ ਕਦੀ ਸਰਵਿਸ ਕਰਵਾਈ ਹੈ? ਵੀ ਨੈਵਰ ਬਾਦਰ ਅਬਾਊਟ ਇਟ। ਜਿਹੜੀ ਜਿਹੜੀ ਕਲਟਰਾ ਸਾਹਿਬ ਜਿਹੜੀ ਇਹ ਏਸੀ ਟੀ ਹੈ ਨਾ, ਇਟ ਇਜ ਸਰਵਿਸ ਆਫ ਦੀ ਬਾਡੀ। ਔਰ ਮੈਂ ਇਹ ਕਹਾਂਗਾ ਕਿ ਹਰ ਬੰਦਾ ਜਿਹਦੀ ਉਮਰ 50 ਸਾਲ ਟੱਪ ਗਈ ਹੈ ਉਹਨੂੰ ਹਰੇਕ ਨੂੰ ਏਸੀ ਟੀ ਕਰਾਉਣੀ ਚਾਹੀਦੀ ਹੈ, ਹਰ ਬੰਦੇ ਨੂੰ। ਜਦੋਂ ਅਸੀਂ ਬਾਈਪਾਸ ਸਰਜਰੀ ਕਰਾਉਂਦੇ ਹਾਂ ਤਾਂ ਵੀ ਟ੍ਰੀਟ ਓਨਲੀ 6 ਇੰਚ ਏਰੀਆ ਆਫ ਦਾ ਬਾਡੀ, ਜਿੱਥੇ ਬਲੋਕੇਜ ਆਈ ਹਾਰਟ ਇੰਨਾ ਹੁੰਦਾ ਸਾਡਾ, ਸਾਡੀ ਮੁੱਠ ਜਿੰਨਾ ਹਾਰਟ ਹੁੰਦਾ, ਜਿੰਨੀ ਬੰਦੇ ਦੀ ਮੁੱਠ ਹੁੰਦੀ ਇੰਨਾ ਕੁ ਹਾਰਟ ਦਾ ਸਾਈਜ਼ ਹੁੰਦਾ। ਜੇ ਇੱਥੇ ਕਿਤੇ ਬਲੋਕੇਜ ਹੈ ਤੇ ਇੱਥੋਂ ਇੱਧਰ ਨੂੰ ਨਾੜੀ ਕੱਢ ਕੇ ਹੋਰ ਪਾਤੀ ਜਾਂਦੀ ਹੈ ਤੇ ਇਹਨੂੰ ਅਸੀਂ ਕਹਿੰਦੇ ਹਾਂ ਬਾਈਪਾਸ ਸਰਜਰੀ। ਸੋ ਹਾਊ ਮਚ ਏਰੀਆ ਵੀ ਟ੍ਰੀਟਡ ਵਿਦ ਦਿਸ ਬਾਈਪਾਸ ਸਰਜਰੀ? ਓਨਲੀ 5-6 ਇੰਚਸ, ਓਨਲੀ 5-6 ਇੰਚਸ। ਪਰ ਵੇਅਰ ਐਜ਼ ਆਵਰ ਬਾਡੀ ਇਜ਼ ਹੈਵਿੰਗ 1 ਲੱਖ ਕਿਲੋਮੀਟਰ ਆਰਟਰੀਜ਼ ਐਂਡ ਵੀਨਸ, 1 ਲੱਖ ਕਿਲੋਮੀਟਰ ਸਾਡੇ ਅੰਦਰ ਨੇ ਨਾੜੀਆਂ, ਤੇ ਜੇ ਅਸੀਂ ਉਹ 6 ਇੰਚ ਦਾ ਟ੍ਰੀਟ ਕਰਾ ਵੀ ਲਿਆ, 5-7 ਲੱਖ ਰੁਪਏ ਲਾ ਕੇ ਸਰਜਰੀ ਕਰਾ ਕੇ, ਤਾਂ ਫਿਰ ਵੀ ਕੀ ਕੀਤਾ ਅਸੀਂ? ਕੁਛ ਵੀ ਨਹੀਂ ਹੋਇਆ ਉਹ ਤਾਂ। ਤੇ ਜਿਹੜੀ ਇਹ ਏਸੀ ਟੀ ਹੈ ਸਾਡੇ ਅੰਦਰ ਦੀਆਂ 1 ਲੱਖ ਕਿਲੋਮੀਟਰ ਜਿਹੜੀਆਂ ਨਾੜੀਆਂ ਨੇ ਸਾਰੀਆਂ ਨੂੰ ਸਾਫ਼ ਕਰ ਦਿੰਦੀ, ਉਹਨਾਂ ਦੀ ਸਾਰੀਆਂ ਦੀ ਸਫਾਈ। ਜਦੋਂ ਏਸੀ ਟੀ ਹੋ ਗਈ ਫਿਰ ਤੁਹਾਡੀ ਜਿਹੜੀ ਸਟ੍ਰੋਕ ਦੇ ਜਿਹੜੇ ਚਾਂਸਿਸ ਸੀ ਉਹ ਵੀ ਘੱਟ ਗਏ। ਡਾਕਟਰ ਸਾਹਿਬ ਨੇ ਹੁਣੀ ਫਿਕਰ ਦੱਸੀਆਂ ਜਿਹੜੀਆਂ ਕਿ USFDA ਦੀਆਂ, USFDA ਦੀਆਂ ਫਿਕਰ ਕੀ ਹੁੰਦੀਆਂ ਨੇ, ਵੱਡੀ USFDA ਯੂਨਾਈਟਿਡ ਸਟੇਟ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਅਥਾਰਟੀ। ਔਰ ਇਹ ਜਿਹੜੀ ਅਥਾਰਟੀ ਹੈ ਕਿ ਦੁਨੀਆ ਦੀ ਸਭ ਤੋਂ ਪ੍ਰਾਈਮ ਬਾਡੀ ਹੈ ਜਿੱਥੋਂ ਦੁਨੀਆ ਦੀ ਸਾਰੇ ਮੈਡੀਕਲ ਇਕਵਿਪਮੈਂਟ ਤੇ ਸਾਰੀ ਦੁਨੀਆ ਦੀ ਦਵਾਈ ਜਿਹੜੀ ਹੈ ਨਾ 70% ਉੱਥੋਂ ਰਿਲੀਜ਼ ਹੁੰਦੀ ਹੈ, ਔਰ ਉਸ ਬਾਡੀ ਨੇ ਇਹਨੂੰ ਅਪਰੂਵ ਕੀਤਾ ਹੈ। ਅਗਲੀ ਗੱਲ ਕਿ ਜੇ ਅਸੀਂ ਇਹ ਕਰਵਾਵਾਂਗੇ ਤਾਂ ਜਿਹੜਾ ਸਟ੍ਰੋਕ ਦੇ ਜਿਹੜੇ ਚਾਂਸਿਸ ਨੇ ਉਹ ਘੱਟ ਜਾਂਦੇ ਨੇ। ਔਰ ਤੁਸੀਂ ਜਾਣਦੇ ਹੋ ਜੇ ਸਟ੍ਰੋਕ ਹੋ ਜਾਏ ਤਾਂ ਬੰਦਾ ਨਾ ਜਿਉਂਦਾ ਨਾ ਮਰਿਆ ਹੋਇਆ, ਬੈੱਡ 'ਤੇ ਪਿਆ ਹੁੰਦਾ, ਮੂੰਹ ਤੋਂ ਲਾੜਾਂ ਨਿਕਲੀਆਂ ਹੁੰਦੀਆਂ ਤੇ ਉਹਨੇ ਯੂਰਨ ਪਾਸ ਵੀ ਬੈੱਡ 'ਤੇ ਹੀ ਕਰਨਾ ਤੇ ਸਟੂਲ ਪਾਸ ਵੀ ਬੈੱਡ 'ਤੇ ਹੀ ਕਰਨਾ, ਉਹਦਾ 1 ਪਾਸਾ ਮਾਰਿਆ ਜਾਂਦਾ ਬੰਦੇ ਦਾ। ਔਰ ਬੰਦਾ ਜਿਉਂਦਾ ਵੀ ਰਹਿੰਦਾ 5-7 ਸਾਲ, ਮਰੇ ਹੋਏ ਨਾਲੋਂ ਮਾੜਾ ਹੋ ਜਾਂਦਾ। ਸੋ ਜੇ ਅਸੀਂ ACT ਕਰਵਾ ਲਈਏ ਤਾਂ ਸਾਡਾ ਜਿਹੜਾ ਸਟ੍ਰੋਕ ਦੇ ਚਾਂਸਿਸ ਹੈ ਉਹ ਵੀ ਘੱਟ ਸਕਦੇ। ਸੋ ਅਗਲੀ ਗੱਲ ਜਿਹੜੀ ਡਾਕਟਰ ਸਾਹਿਬ ਨੇ ਜਿਹੜੀ ਗੱਲ ਕੀਤੀ ਸੀਗੀ ECG ਦੀ, ਐਕਸਟਰਨਲ ਕਾਊਂਟਰ ਪਲਸੇਸ਼ਨ, ਮੈਂ ਇਹਨੂੰ ਦੇਸੀ ਲੈਂਗੁਏਜ ਦੱਸਾਂਗਾ। ਡਾਕਟਰ ਸਾਹਿਬ ਨੇ ਟੈਕਨੀਕਲ ਗੱਲ ਕੀਤੀ, ਮੈਂ ਬਿਲਕੁਲ ਦੇਸੀ ਗੱਲ ਕਰਾਂਗਾ। ਜਿਹੜਾ ਸਾਡੀ ਬਾਡੀ ਦਾ ਬਲੱਡ ਹੈ, ਕਿਉਂਕਿ ਮੇਰਾ ਵੀ ਸਬਜੈਕਟ ਫਿਜ਼ੀਕਲ ਐਜੂਕੇਸ਼ਨ ਹੈ, ਮੈਂ ਵੀ ਫਿਜ਼ੀਕਲ ਐਜੂਕੇਸ਼ਨਿਸਟ ਹੈ, ਮੈਨੂੰ ਵੀ ਪਤਾ ਬਾਡੀ ਦੇ ਬਾਰੇ। ਤਾਂ ਜਿਹੜਾ ਬਾਡੀ ਦਾ ਸਾਡਾ ਜਿਹੜਾ ਬਲੱਡ ਹੁੰਦਾ ਨਾ ਇਹ ਆਊਟਰ ਸਰਫੇਸ ਤੋਂ ਟ੍ਰੈਵਲ ਕਰਦਾ ਹੈ, ਤੇ ਜਦੋਂ ਅਸੀਂ ਐਕਸਟਰਨਲ ਕਾਊਂਟਰ ਪਲਸੇਸ਼ਨ ਕਰਾਉਂਦੇ ਹਾਂ, ਜਿਵੇਂ ਅਸੀਂ BP ਚੈੱਕ ਕਰਾਉਂਦੇ ਹਾਂ, ਤਾਂ ਇੱਥੇ ਇੱਕ ਛੋਟੀ ਜਿਹੀ ਟਿਊਬ ਲਗਾ ਕੇ ਤੇ ਡਾਕਟਰ ਉਹ 'ਚ ਪ੍ਰੈਸ਼ਰ ਨਾਲ ਹਵਾ ਭਰ ਦਿੰਦਾ, ਜਦੋਂ ਹਵਾ ਭਰਦਾ ਤੇ ਸਾਡੇ ਅੱਗੇ ਬਲੱਡ ਦੀ ਸਪਲਾਈ ਬੰਦ ਹੋ ਜਾਂਦੀ, ਫਿਰ ਉਹਨੂੰ ਡਾਕਟਰ ਡੂਸ ਕਰਦਾ, ਜਦੋਂ ਬਲੱਡ ਅੱਗੇ ਜਾਣਾ ਸ਼ੁਰੂ ਹੋ ਜਾਂਦਾ ਅਸੀਂ ਉਹਨੂੰ ਕਹਿੰਦੇ ਹਾਂ ਕਿ ਹੁਣ ਇਹ ਅਪਰ ਬਲੱਡ ਪ੍ਰੈਸ਼ਰ ਆ ਗਿਆ। ਜਦੋਂ ਅਸੀਂ ਸਾਨੂੰ ਸੁਣਨਾ ਸ਼ੁਰੂ ਹੋਇਆ ਅਪਰ ਬਲੱਡ ਪ੍ਰੈਸ਼ਰ, ਜਦੋਂ ਸੁਣਨਾ ਬੰਦ ਹੋ ਗਿਆ ਉਦੋਂ ਲੋਅਰ ਬਲੱਡ ਪ੍ਰੈਸ਼ਰ। ਮੀਨਸ ਇਹ ਕਿ ਬਾਡੀ ਦਾ ਜਿਹੜਾ ਬਲੱਡ ਹੈ ਉਹ ਆਊਟਰ ਸਰਫੇਸ ਤੋਂ ਮੂਵ ਕਰਦਾ ਹੈ, ਤੇ ਜਦੋਂ ਅਸੀਂ ਉਹਦੇ ਕੱਫ ਲਾ ਕੇ, ਲੱਤਾਂ ਦੇ ਉੱਪਰ 2 ਕੱਫ, ਮੈਂ ਵੀ ਕਰਵਾਈ ਹੈ, ਮੈਂ ਆਪਣਾ ਐਕਸਪੀਰੀਅੰਸ ਦੱਸ ਰਿਹਾ ਕਿ 2 ਕੱਫ 1 ਲੱਤ ਤੇ 2 ਕੱਫ ਦੂਜੀ ਲੱਤ ਤੇ। ਜਿਹੜਾ BP ਵਾਲਾ ਕੱਫ ਹੁੰਦਾ ਉਹ ਤਾਂ ਹੁੰਦਾ ਸਿਰਫ 4 ਇੰਚ ਦਾ, ਲੇਕਿਨ ਇਹ 10-10, 12-12 ਇੰਚ ਦੇ 2 ਕੱਫ। ਸੋ 4 ਕੱਫ ਦੇ ਲੱਤਾਂ ਦੇ ਲੱਗ ਗਏ, 2 ਤੁਹਾਡੇ ਸ਼ੋਲ ਬਾਹਾਂ ਦੇ ਲੱਗ ਗਏ, ਉਹ ਵੀ ਵੱਡੇ ਸਾਈਜ਼ ਦੇ। ਔਰ ਫਿਰ ਇਸ ਜਿਹੜੇ ਕੱਫ ਨੇ ਇਹਨਾਂ ਦੇ ਨਾਲ ਇੱਕ ਹਵਾ ਵਾਲਾ ਪਾਈਪ ਲਾ ਕੇ ਤੇ ਟਰੱਕਾਂ ਵਾਲੇ ਕੰਪਰੈਸ਼ਰ ਨਾਲ ਜੋੜਤਾ ਜਾਂਦਾ, ਉਧਰੋਂ ਹਾਰਟ ਦੇ ਉੱਪਰ ਸੈਂਸਰ ਲਾ ਕੇ ਉਹ ਕੰਪਿਊਟਰ ਨੂੰ ਦੇ ਦਿੱਤਾ ਜਾਂਦਾ, ਜਿਹਦੀ ਕਿ ਐਕੂਰੇਸੀ 1/1000 ਸੈਕਿੰਡ ਹੈ। ਫਿਰ ਕੀ ਹੁੰਦਾ, ਜਦੋਂ ਸਾਡਾ ਹਾਰਟ ਬੀਟ ਕਰਦਾ ਪਹਿਲੇ ਵੈਂਟੀਕਲ 'ਚ ਜਦੋਂ ਹਰਕਤ ਸ਼ੁਰੂ ਹੁੰਦੀ ਥੋੜ੍ਹੀ ਜਿਹੀ, ਤਾਂ ਉਦੋਂ ਜਿਹੜਾ ਸੈਂਸਰ ਹਾਰਟ 'ਚ ਲੱਗਾ ਹੋਇਆ ਇਹ ਕੰਪਿਊਟਰ ਨੂੰ ਕੌਸ਼ਨ ਦਿੰਦਾ ਕਿ ਹਵਾ ਚੱਕ ਦਿਓ, ਕੰਪਿਊਟਰ ਨੂੰ ਇਸ਼ਾਰਾ ਦਿੰਦਾ ਉਹ, ਔਰ ਕੰਪਿਊਟਰ ਅੱਗੇ ਕੰਪਰੈਸ਼ਰ ਨੂੰ ਜਿਹੜਾ ਟਰੱਕਾਂ 'ਚ ਹਵਾ ਭਰਦਾ ਕੰਪਰੈਸ਼ਰ ਉਹਨੂੰ ਕੌਸ਼ਨ ਦਿੰਦਾ ਹੈਗਾ ਅਤੇ ਉਹ ਹਵਾ ਛੱਡ ਦਿੰਦਾ। ਜਦੋਂ ਉੱਥੋਂ ਹਵਾ ਆ ਗਈ ਤਾਂ ਕੀ ਹੈਗਾ ECP, ਐਕਸਟਰਨਲ ਕਾਊਂਟਰ ਪਲਸੇਸ਼ਨ। ਜਦੋਂ ਪਲਸ ਯਾਨੀ ਕਿ ਜਦੋਂ ਕਾਰਡੀਅਕ ਆਊਟਪੁੱਟ ਬਾਹਰ ਆਉਣੀ ਸੀ ਉਦੋਂ ਇਹਨੇ ਹਵਾ ਛੱਡਤੀ ਕੰਪਰੈਸ਼ਰ ਨੇ, ਅਤੇ ਜਿਹੜੀ ਆਊਟਸਾਈਡ 'ਤੇ ਜਿਹੜੀ ਸਾਡੀ ਜਾਣੀ ਸੀ ਕਾਰਡੀਅਕ ਆਊਟਪੁੱਟ ਸਾਡੀਆਂ ਲੱਤਾਂ ਨੂੰ ਅਤੇ ਬਾਹਾਂ ਨੂੰ ਉਹ ਨਹੀਂ ਗਈ। ਠੀਕ ਉਸੇ ਤਰ੍ਹਾਂ ਜਿਵੇਂ ਇੱਕ ਟਿਊਬਲ ਹੋਵੇ ਉਹਦਾ 5 ਖੇਤਾਂ ਨੂੰ ਪਾਣੀ ਲਾਇਆ ਹੋਵੇ, ਇੱਕ ਹਾਰਟ ਵਾਲਾ ਖੇਤ, 2 ਲੱਤਾਂ ਵਾਲੇ ਖੇਤ ਅਤੇ 2 ਬਾਹਾਂ ਵਾਲੇ ਖੇਤ, 5 ਨੂੰ ਪਾਣੀ ਲਾਇਆ ਹੋਵੇ, ਅਤੇ ਜਦੋਂ ਅਸੀਂ 4 ਖੇਤਾਂ ਦੇ ਨੱਕੇ ਬੰਦ ਕਰ ਦਈਏ ਤਾਂ ਫਿਰ ਪਾਣੀ ਕਿੱਥੇ ਜਾਏਗਾ? ਉਹ 5ਵੇਂ ਖੇਤ।
ਹੁਣ ਜੇ ਤਾਂ ਸਾਡੇ ਖੇਤਾਂ 'ਚ ਤਾਂ ਖਾਲੇ ਖੁੱਲੇ ਹੁੰਦੇ ਆ ਤੇ ਖਾਲਾ ਓਵਰ ਫਲੋ ਕਰ ਜਾਏਗਾ, ਲੇਕਿਨ ਸਾਡੇ ਸਰੀਰ ਦੇ ਅੰਦਰ ਤਾਂ ਜਿਹੜੀਆਂ ਆਰਟਰੀ ਜ਼ਮੀਨ ਨੇ ਇਹ ਤਾਂ ਖਾਲੇ ਸਾਡੇ ਬੰਦ ਨੇ ਨਾ, ਇਹ ਤਾਂ ਗੋਲਡ ਨੇ, ਇੱਥੋਂ ਤਾਂ ਲੀਕ ਨਹੀਂ ਕਰ ਸਕਦਾ ਪਾਣੀ, ਤਾਂ ਕੀ ਹੋਏਗਾ ਪ੍ਰੈਸ਼ਰ ਵਧੇਗਾ, ਜਦੋਂ ਪ੍ਰੈਸ਼ਰ ਵਧੇਗਾ ਤਾਂ ਕਿੱਥੇ ਜਾਏਗਾ ਪ੍ਰੈਸ਼ਰ, ਉਹ ਹਾਰਟ ਨੂੰ ਪਏਗਾ, ਹਾਰਟ ਦੇ ਵਿੱਚ ਜਦੋਂ ਜਾਏਗਾ ਜਿਹੜੀ ਸਾਡੀ ਬਲੋਕੇਜ ਹੈ ਉਹ ਘਟੇਗੀ, ਇਲਾਸਟੀਸਿਟੀ ਵਧੇਗੀ, ਕਿਉਂਕਿ ਬਾਹਰ ਦਾ ਬਲੱਡ ਜਾਣਾ ਬੰਦ ਹੋ ਗਿਆ, ਜਦੋਂ ਚਾਰ ਖੇਤਾਂ ਦਾ ਪਾਣੀ ਬੰਦ ਹੋ ਗਿਆ ਜਾਣਾ, ਪੰਜਵੇਂ ਛੇਵੇਂ ਨੂੰ ਗਿਆ, ਹਾਰਟ ਐਂਡ ਬ੍ਰੇਨ ਨੂੰ ਗਿਆ, ਤਾਂ ਸਾਰੀ ਸਪਲਾਈ ਉਸ ਪਾਸੇ ਚਲੀ ਗਈ। ਹੁਣ ਦੂਸਰੀ ਗੱਲ ਜਿਹੜੀ ਮੈਂ ਕਹਿਣਾ ਚਾਹਾਂਗਾ ਕਿ ਸਾਡੇ ਸਰੀਰ ਦੇ ਵਿੱਚ ਦੋ ਤਰ੍ਹਾਂ ਦੇ ਔਰਗਨਸ ਹੁੰਦੇ ਨੇ, ਵਾਈਟਲ ਐਂਡ ਨੌਨ ਵਾਈਟਲ। ਹੁਣ ਜਿਹੜੀਆਂ ਸਾਡੀਆਂ ਲੱਤਾਂ ਦੇ ਬਾਹਾਂ ਨੇ ਇਹ ਨੌਨ ਵਾਈਟਲ, ਨੌਨ ਵਾਈਟਲ ਜੇ ਅਸੀਂ ਕੱਟ ਕੇ ਵੀ ਸੱਟੀਏ, ਲੱਤ ਕੱਟ ਦਈਏ ਬੰਦੇ ਦੀ, ਕੱਟੀ ਗਈ ਐਕਸੀਡੈਂਟ 'ਚ, ਬਾਹਾਂ ਕੱਟੀਆਂ ਗਈਆਂ, ਨਾ ਦੋਵੇਂ ਲੱਤਾਂ ਨੇ ਨਾ ਦੋਵੇਂ ਬਾਹਾਂ ਨੇ, ਬੰਦਾ ਜੀ ਰਿਹਾ ਹੈਗਾ, ਸੋ ਵਾਈਟਲ ਔਰਗਨ ਦੀ ਸਪਲਾਈ ਨਹੀਂ ਕੱਟੀ ਜਾ ਸਕਦੀ। ਜੇ ਅਸੀਂ ਦੋ ਸੈਕਿੰਡ ਵੀ ਦੋ ਮਿੰਟ ਵੀ ਇਹਦੀ ਸਪਲਾਈ ਕੱਟ ਦਈਏ ਬੰਦੇ ਦੀ ਡੈਥ ਹੋ ਜਾਂਦੀ ਹੈ। ਸੋ ਨੌਨ ਵਾਈਟਲ ਦੀ ਜਿਹੜੀ ਸਪਲਾਈ ਹੈ ਉਹ ਅਸੀਂ ਕੱਟ ਦਿੰਦੇ ਹਾਂ, ਉਹ ਘਟੀ ਗਈ ਸਪਲਾਈ, ਪਰ ਸਾਰੇ ਵਾਈਟਲ ਔਰਗਨ ਨੂੰ ਸਪਲਾਈ ਚਲੇਗੀ ਜ਼ਿਆਦਾ। ਜਦੋਂ ਵਾਈਟਲ ਔਰਗਨ ਨੂੰ ਸਪਲਾਈ ਗਈ ਤਾਂ ਉਹਦਾ ਲਾਭ ਹੋਏਗਾ, ਨੈਚੁਰਲ ਪ੍ਰੋਸੈਸ ਸਮਝ ਸਕਦੇ ਹੋ। ਤੇ ਜਦੋਂ ਅਸੀਂ ਨੌਨ ਵਾਈਟਲ ਦੀ ਜਿਹੜੇ ਚਾਰ ਖੇਤ ਸੀ, ਦੋ ਲੱਤਾਂ ਵਾਲੇ ਖੇਤ, ਦੋ ਬਾਹਾਂ ਵਾਲੇ ਖੇਤ, ਉਹਨਾਂ ਦੀ ਸਪਲਾਈ ਕਰਕੇ ਬੰਦ, ਸਪਲਾਈ ਬੰਦ ਹੋਣ ਤੋਂ ਬਾਅਦ ਸਾਰੀ ਸਪਲਾਈ ਅਸੀਂ ਹਾਰਟ ਤੇ ਬ੍ਰੇਨ ਵਾਲੇ ਪਾਸੇ ਭੇਜੀ। ਕਿੱਦਾਂ ਭੇਜੀ? ECG ਨਾਲ, ਮਨਮੋਹਨ ਸਿੰਘ ਦੀ, ਡਾਕਟਰ ਮਨਮੋਹਨ ਸਿੰਘ ਦੀ ਜਦੋਂ ਤਿੰਨ ਸਰਜਰੀਆਂ ਤੋਂ ਬਾਅਦ ਜਦੋਂ ਉਹਦਾ ਕੰਮ ਨਹੀਂ ਚੱਲਿਆ ਤਾਂ ਉਹਨੂੰ ECG ਕਰਾਉਣੀ ਪਈ। ਔਰ ਇੰਨੀ ਇਹ ਇੰਪੋਰਟੈਂਟ ਥੈਰੇਪੀ ਹੈਗੀ ਆ। ਔਰ ਮੈਂ ਕਈ ਵਾਰੀ ਇਹ ਕਹਿਣਾ ਹੁੰਦਾ, ਡਾਕਟਰ ਸਾਹਿਬ ਮੇਰੇ ਬਹੁਤ ਅੱਛੇ ਦੋਸਤ ਨੇ, ਔਰ ਦੋਸਤ ਇਸ ਕਰਕੇ ਨੇ ਕਿ ਦੇਵਤਾ ਬੰਦੇ ਨੇ, ਕਦੀ ਇਹਨਾਂ ਨੇ ਝੂਠ ਨਹੀਂ ਬੋਲਿਆ, ਕਦੀ ਇਹਨਾਂ ਨੇ ਕਿਸੇ ਨੂੰ ਬਲਾਫਮ ਕੀਤਾ, ਕਦੀ ਕਿਸੇ ਨੂੰ ਇਹ ਨਹੀਂ ਕਿਹਾ, ਕਦੀ ਕਿਸੇ ਨੂੰ ਕਮਿਸ਼ਨ ਨਹੀਂ ਦਿੱਤੀ, ਤੇ ਕਦੀ ਕਿਸੇ ਨੂੰ ਇਹ ਨਹੀਂ ਕਿਹਾ ਵੀ ਤੂੰ ਆਹ ਟੈਸਟ ਜੇ ਕਰਵਾ ਲਿਆ ਫਲਾਣੀ ਖੇਤਰ ਤੋਂ ਤੇ ਤੂੰ ਇੱਥੋਂ ਆ ਕੇ ਟੈਸਟ ਕਰਵਾ, ਇਹ ਨਹੀਂ ਕਰਵਾਉਣਾ। ਪੇਸ਼ੈਂਟ ਨੂੰ ਪਹਿਲਾਂ ਕਹਿੰਦੇ ਕਿ ਆਪਣੇ ਸਾਰੇ ਟੈਸਟ ਜਿਹੜੇ ਉਹ ਨਾਲ ਲੈ ਕੇ ਆਇਓ, ਜਿਹੜੇ ਟੈਸਟ ਕਰਵਾਏ ਹੋਏ ਆ ਉਹ ਨਹੀਂ ਕਰਵਾਉਣੇ, ਕਿਉਂਕਿ ਇਹਨਾਂ ਨੂੰ ਪੇਸ਼ੈਂਟ ਦੇ ਜਿਹੜੇ ਪੈਸੇ ਖਰਚ ਹੁੰਦੇ ਆ ਇਹਨੂੰ ਲੱਗਦਾ ਕਿ ਮੇਰੇ ਆਪਣੇ ਪੈਸੇ ਖਰਚ ਹੋ ਗਏ। ਸੋ ਤੁਸੀਂ ਸਾਰੇ ਆਏ ਹੋ, ਤੁਹਾਡਾ ਸਾਰਿਆਂ ਦਾ, ਮੈਂ ਵੀ ਡਾਕਟਰ ਸਾਹਿਬ ਵੱਲੋਂ ਬਹੁਤ ਧੰਨਵਾਦੀ ਹਾਂ। ਔਰ ਮੈਂ ਇਹ ਰਿਕਮੈਂਡ ਕਰਾਂਗਾ ਤੁਹਾਨੂੰ, ਕਿਉਂਕਿ ਮੈਂ ECP ਵੀ ਔਰ ACP ਵੀ ਦੋਨੇ ਕਰਵਾਈ ਹੈ, ਔਰ ਉਸ ਤੋਂ ਬਾਅਦ ਮੈਨੂੰ ਜੋ ਲਾਭ ਹੋਏ ਨੇ ਉਹ ਮੈਂ ਤੁਹਾਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ, ਲੇਕਿਨ ਬਹੁਤ ਜ਼ਿਆਦਾ ਲਾਭ ਹੋਏ ਨੇ। ਔਰ ਤੁਹਾਨੂੰ ਸਾਰਿਆਂ ਨੂੰ, ਕਿਉਂਕਿ ਸਾਰੇ ਤੁਸੀਂ ਸੀਨੀਅਰ ਸਿਟੀਜ਼ਨ ਹੋ, ਅਬਾਓ 60 ਹੋ, ਇਹਦਾ ਜਿਹੜਾ ਲੁਧਿਆਣੇ 'ਚ ਜਿਹੜੀ ਐਡੀ ਵੱਡੀ ਫੈਸਿਲਿਟੀ ਹੈ ਉਹਦਾ ਫਾਇਦਾ ਲੈਣਾ ਚਾਹੀਦਾ ਹੈਗਾ। ਪਿਛਲੇ ਸਾਲ 18 ਸਤੰਬਰ ਨੂੰ ਡਾਕਟਰ ਸਾਹਿਬ ਦਾ ਬ੍ਰਿਟਿਸ਼ ਪਾਰਲੀਮੈਂਟ 'ਚ ਲੈਕਚਰ ਹੋਇਆ, ਔਰ ਬੰਬੇ ਇੱਕ ਵਾਰੀ ਅਬਦੁਲ ਕਲਾਮ ਆਜ਼ਾਦ ਨੇ ਡਾਕਟਰ ਸਾਹਿਬ ਦਾ ਉੱਥੇ ਮੈਂਸ਼ਨ ਕੀਤਾ ਕਿ ਵੀ ਆਰ ਪ੍ਰਾਊਡ ਟੂ ਹੈਵ ਡਾਕਟਰ ਸਿੰਧੀਆ ਇਨ ਇੰਡੀਆ। ਸੋ ਇਸ ਕਦਰ ਦੇ ਇਹ ਡਾਕਟਰ ਨੇ, ਲੇਕਿਨ ਅੱਜ ਜਿਹੜਾ ਮੈਡੀਕਲ ਪ੍ਰੋਫੈਸ਼ਨ ਹੈ ਉਹ ਡਾਕਟਰ ਹੋਣਗੇ ਸ਼ਾਇਦ ਮੈਨੂੰ ਮੇਰੇ ਨਾਲ ਗੁੱਸੇ ਵੀ ਹੋਣ ਉਹ, ਪਰ ਮੈਂ ਕਹਿ ਦੇਣੀ ਗੱਲ ਇਹ ਕਿ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਬਹੁਤ ਜ਼ਿਆਦਾ ਗਿਰਾਵਟ ਆ ਚੁੱਕੀ ਹੈ, ਪਰ ਇਹ ਡਾਕਟਰ ਸਿੰਧੀਆ ਨੂੰ ਉਹ ਗਿਰਾਵਟ ਨੇ ਛੂਹੇ ਤੱਕ ਨਹੀਂ। ਸੋ ਮੈਂ ਹੋਰ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਇੰਨੀ ਕਹਾਂਗਾ ਕਿ ਵੀ ਡਾਕਟਰ ਸਾਹਿਬ ਨੇ ਜੋ ਵੀ ਕਿਹਾ ਹੈਗਾ ਤੁਹਾਨੂੰ ਦੱਸਿਆ ਹੈਗਾ ਟੈਕਨੀਕਲ ਲੈਂਗੁਏਜ 'ਚ, ਮੈਂ ਤਾਂ ਇੱਕ ਦੇਸੀ ਜਿਹੀ ਗੱਲ ਤੁਹਾਡੇ ਨਾਲ ਕੀਤੀ ਹੈਗੀ ਆ, ਲੇਕਿਨ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ। ਸੋ ਤੁਹਾਡਾ ਆਉਣ ਲਈ ਧੰਨਵਾਦ, ਔਰ ਮੈਨੂੰ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।